ਹਾਂਜੀ ਮੇ ਵੀ ਤੁਸੀਂ ਗਲਤ ਕੈਲਕੂਲੇਟ ਕਰ ਰਹੇ ਹੋ ਸੋ ਮੈਂ ਤੁਹਾਨੂੰ ਕਰਕੇ ਦਿਖਾਉਣਾ ਬਹੁਤ ਸਾਰੇ ਫੈਕਟਰ ਇਹਨੂੰ ਇਫੈਕਟ ਕਰਦੇ ਨੇ ਤੁਹਾਡੀ ਏਜ ਤੇ ਮੈਰੀਟਲ ਸਟੇਟਸ ਟਿਪਿਕਲੀ ਆਪਾਂ ਤੁਹਾਨੂੰ ਸਿੰਗਲ ਮੰਨਦੇ ਹਾਂ ਤੁਹਾਡੀ ਏਜ 28 ਹੋ ਜਾਂਦੀ ਆ ਜੇ ਤੁਹਾਡੇ ਕੋਲ ਬੈਚਲਰਸ ਆ ਸਭ ਤੋਂ ਪਹਿਲਾਂ ਆਪਾਂ ਬੈਚਲਰ ਦਾ ਹੀ ਚੈੱਕ ਕਰ ਰਹੇ ਆ ਇੱਥੇ ਜਦੋਂ ਤੁਸੀਂ ਪੁਆਇੰਟਸ ਕੈਲਕੂਲੇਟ ਕਰਦੇ ਹੋ ਬੈਚਲਰਸ ਦੇ ਨਾਲ ਪਲੱਸ ਤੁਹਾਡੇ ਕੋਲ ਕੈਨੇਡੀਅਨ ਐਜੂਕੇਸ਼ਨ ਹੋਏ ਤਾਂ 2 অর ਮੋਰ ਸਰਟੀਫਿਕੇਟ ਸਿਲੈਕਟ ਕਰਨਾ ਉਸ ਤੋਂ ਬਾਅਦ ਇੱਕ ਜਾਂ 2 ਸਾਲ ਦੀ ਸਟੱਡੀ ਤੁਹਾਡੀ ਕੈਨੇਡਾ ਦੇ ਵਿੱਚ ਹੋਈ ਆ ਆਇਲਸ ਦੇ ਵਿੱਚ ਬੈਚਲਰਸ ਦੇ ਨਾਲ ਜੇ ਆਪਾਂ 6 ਇਚ ਲਈਏ then ਆਪਾਂ 411 ਪੁਆਇੰਟਸ ਮੀਟ ਕਰ ਦਿੰਨੇ ਆ ਸੋ 6 ਇਚ ਇੱਕ ਸਾਲ ਦਾ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਹੋਏ ਸਕਿੱਲ ਟ੍ਰੇਡ ਦਾ ਫੋਰਨ ਐਕਸਪੀਰੀਅੰਸ ਤੁਹਾਡੇ ਕੋਲ ਨਹੀਂ ਹੈਗਾ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਨੂੰ ਨੋ ਕਰਤਾ ਪੀ ਆਰ ਸਪੋਰਟਿੰਗ ਐਲ ਐਮ ਆਈ ਐਨ ਨੂੰ ਵੀ ਨੋ ਕਰਤਾ ਨਾਮੀਨੇਸ਼ਨ ਸਰਟੀਫਿਕੇਟ ਨੂੰ ਨੋ ਕਰਤਾ ਕੈਨੇਡੀਅਨ ਪੀ ਆਰ ਨੂੰ ਬ੍ਰਦਰ ਸਿਸਟਰ ਨੂੰ ਨੋ ਕਰਤਾ ਕੈਲਕੂਲੇਟ ਯੋਰ ਪੁਆਇੰਟਸ ਐਂਡ ਇਟ ਟਰਨਸ ਆਊਟ ਟੂ ਬੀ 411 ਜੇ ਤੁਹਾਡੇ ਕੋਲ ਬੈਚਲਰ ਸੀਗੀ ਐਂਡ ਤੁਸੀਂ ਪ੍ਰੋਪਰਲੀ ਪੁਆਇੰਟਸ ਕਾਊਂਟ ਕਰ ਰਹੇ ਹੋ ਆਪਣੇ 6 ਈਚ ਦੇ ਨਾਲ ਤਾਂ 411 ਬਣਦਾ ਹੁਣ ਆਪਾਂ ਗੱਲ ਕਰਾਂਗੇ ਗ੍ਰੇਡ 12 ਵਾਲਿਆਂ ਦੀ ਗ੍ਰੇਡ 12 ਵਾਲਿਆਂ ਦੀ ਨਾਰਮਲ ਏਜ ਹੋ ਜਾਂਦੀ ਹੈ 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਅਰਾਊਂਡ 23 ਤੋਂ 26 ਦੇ ਵਿੱਚ ਸੋ ਆਪਾਂ 24 ਸਿਲੈਕਟ ਕਰ ਲੈਨੇ ਆ 29 ਤੋਂ ਉੱਤੇ ਤੁਹਾਡੇ ਪੁਆਇੰਟਸ ਕੱਟਦੇ ਨੇ ਇੱਥੇ ਆਪਾਂ ਸਿਲੈਕਟ ਕੀਤਾ 2 ਸਾਲ ਦਾ ਪ੍ਰੋਗਰਾਮ ਉਸ ਤੋਂ ਬਾਅਦ 1 ਸਾਲ ਜਾਂ 2 ਸਾਲ ਦਾ ਕੈਨੇਡੀਅਨ ਪ੍ਰੋਗਰਾਮ ਆਲਸ ਦੇ ਵਿੱਚ ਤੁਹਾਡੇ ਜੇ 7e ਚ ਆਉਂਦੇ ਨੇ ਵਿਦ 7.5 ਇਨ ਲਿਸਨਿੰਗ 1 ਸਾਲ ਦਾ ਵਰਕ ਐਕਸਪੀਰੀਅੰਸ ਸੇਮ ਫੋਰਨ ਵਰਕ ਐਕਸਪੀਰੀਅੰਸ ਨੂੰ ਨੋ ਕਰਤਾ ਸਰਟੀਫਿਕੇਟ ਆਫ ਕੁਆਲਿਫਿਕੇਸ਼ਨ ਨੋ ਐਲ ਐ ਐ ਮੀ ਐਨ ਨੋ ਨਾਮਿਨੇਸ਼ਨ ਨੋ ਬ੍ਰਦਰ ਸਿਸਟਰ ਨੋ ਕੈਲਕੂਲੇਟ ਯਰ ਪੁਆਇੰਟ ਇਟ ਕਮਸ ਆਊਟ ਟੂ ਬੀ 405 ਆਈ ਹੋਪ ਤੁਸੀਂ ਆਪਣੇ ਪੁਆਇੰਟਸ ਪ੍ਰੋਪਰਲੀ ਚੈੱਕ ਕਰ ਰਹੇ ਹੋ ਐਂਡ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਪ੍ਰੋਪਰਲੀ ਪੁਆਇੰੰਟਸ ਕਲੇਮ ਕੀਤੇ ਹੋਏ ਨੇ ਤਾਂ ਹੀ ਤੁਸੀਂ ਕਟਆਫ ਮੀਟ ਕਰ पाओगे ਜੇ ਕੋਈ ਗਲਤੀ ਆ ਫਿਰ ਨਹੀਂ ਬਣਦੇ ਹੋਣੇ ਥੈਂਕ